ਦੁਨੀਆਂ 'ਚ ਸਾਰਾ ਕੁਛ ਸਹੀ ਚੱਲ ਰਿਹਾ ਹੁੰਦਾ। ਸੈਟਰਡੇ ਹੁੰਦਾ ਆ, ਸਵੇਰ ਨੂੰ ਉੱਠੀਦਾ, ਬਰੱਸ਼ ਬਰੁਸ਼ ਕਰੀਦਾ, ਚਾਹ ਚੂ ਪੀਦੀ ਆ, ਗੁਰੂ ਘਰ ਜਾਈਦਾ, ਮੱਥਾ ਟੇਕ ਕੇ ਵਾਪਸ ਆਈਦਾ, ਸ਼ਾਮ ਨੂੰ ਮਾੜੀ ਮੋਟੀ ਫਿਲਮ ਸ਼ਿਲਮ ਦੇਖ ਲਈਦੀ ਆ, ਚਿੱਲ ਕਰੀਦਾ, ਰਿਲੈਕਸ ਕਰੀਦਾ, ਸੌਂ ਜਾਈਦਾ। ਸੰਡੇ ਫੇਰ ਉਹੀ ਰੂਟੀਨ, ਸੰਡੇ ਫਿਰ ਉੱਠੀਦਾ, ਚਾਹ ਬਣਾਈਦੀ ਆ, ਪੀਦੀ ਆ, ਗੁਰਦੁਆਰੇ ਮੱਥਾ ਟੇਕ ਆਈਦਾ, ਆਲੇ ਦੁਆਲੇ ਮਾੜਾ ਮੋਟਾ ਸ਼ੁਕਲ ਮੇਲਾ ਕਰ ਲਈਦਾ, ਪਾਰਕ 'ਚ ਜਾਈਦਾ, ਚੱਲ ਹੋਰ ਵੀ ਬੜੇ ਕੰਮ ਆ, ਸ਼ੋਪਿੰਗ ਸ਼ੋਪਿੰਗ ਕਰ ਲਈਦਾ। ਪਰ ਜਦੋਂ ਸੰਡੇ ਰਾਤ ਨੂੰ ਸੌਂਦਾ ਨਾ ਸੱਚੇ ਪਾਤਸ਼ਾਹ, ਮੌਤ ਪੈ ਜਾਂਦੀ ਆ, ਸੱਚ ਜਾਣੇ ਪੂਰੀ ਮੌਤ, ਐਂਡ ਹੋ ਜਾਂਦਾ ਕੰਮ। ਸੱਚੇ ਪਾਤਸ਼ਾਹ ਜਿਹੜਾ ਤੂੰ ਮੰਡੇ ਬਣਾਇਆ ਨਾ, ਜਿਹੜੇ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਦੇ ਦਿਨ ਆ ਨਾ, ਇਹ ਪਤਾ ਨਹੀਂ ਕੀ ਗੱਲ ਆ, ਹਾਲਾਂਕਿ ਪੈਸੇ ਇੱਥੋਂ ਹੀ ਆਉਂਦੇ ਆ, ਪਰ ਪਤਾ ਨਹੀਂ ਆ ਜਿਹੜਾ ਮੰਡੇ ਆ ਨਾ, ਤਾਂ ਇੱਦਾਂ ਆ ਨਾ ਵੀ ਜਿੱਦਾਂ ਕੋਈ ਡਾਕਟਰ ਟੀਕਾ ਲਾਉਣ ਲੱਗਾ ਹੁੰਦਾ, ਲਵਾਉਣਾ ਪੈਂਦਾ ਆ, ਹਾਂਜੀ, ਲਵਾਉਣ ਬਿਨਾ ਸਰਦਾ ਵੀ ਨਹੀਂ ਗਾ, ਪਰ ਦੁੱਖ ਵੀ ਬਹੁਤ ਲੱਗਦਾ, ਜਾਣਾ ਤਾਂ ਪੈਣਾ ਹੀ ਕੰਮ 'ਤੇ, ਪਰ ਜਿਹੜੀ ਮੌਤ ਆ ਨਾ ਪੂਰੀ, ਉਹ ਤਾਂ ਪੈਣੀ ਹੈ ਜੀ, ਕੁਛ ਕਰ ਨਹੀਂ ਸਕਦੇ। ਉਹ ਇੱਦਾਂ ਦਿਨ ਲੱਗਦਾ ਜਿੱਦਾਂ ਨਾ ਜੇਲ੍ਹ ਹੋ ਗਈ ਹੁੰਦੀ ਆ, ਪਰ ਖੈਰ ਕੋਈ ਨਹੀਂ, ਸੱਚੇ ਪਾਤਸ਼ਾਹ ਦੇ ਸ਼ਕਤੀ ਜਿੱਥੇ ਉਦੋਂ ਰਜਾਈ 'ਚ ਉੱਠਣ ਦੀ ਸ਼ਕਤੀ ਦਿੱਤੀ ਸੀ, ਹੁਣ ਇਹ ਵੀ ਸ਼ਕਤੀ ਦੇ ਸਵੇਰ ਨੂੰ ਕੰਮ 'ਤੇ ਜਾਣ ਦੀ। ਓਕੇ, ਧੰਨਵਾਦ ਸੱਚੇ ਪਾਤਸ਼ਾਹ।